ਬੀਤੇ ਕੁਝ ਦਿਨਾਂ ਤੋਂ ਸਦਨ ਵਿੱਚ ਹੋਈ ਦਸਤਾਰ ਦੀ ਬੇਅਦਬੀ ਦਾ ਮਾਮਲਾ ਥੰਮਨੇ ਰਿਹਾ ਅਤੇ ਵੱਖ ਵੱਖ ਪਾਰਟੀਆਂ ਵੱਲੋਂ ਇਸ ਮਾਮਲੇ ਉੱਤੇ ਰਾਜਨੀਤੀ ਕੀਤੀ ਜਾ ਰਹੀ ਹੈ। ਇਸ ਨੂੰ ਲੈ ਕੇ ਅੱਜ ਲੁਧਿਆਣਾ ਦੇ ਡੀਸੀ ਕੰਪਲੈਕਸ ਦਫ਼ਤਰ ਵਿੱਚ ਮੌਜੂਦ ਮੌਲ ਅਫਸਰ ਅਤੇ ਤਤਕਾਲੀਨ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਉਹਨਾਂ ਸਿਮਰਨਜੀਤ ਸਿੰਘ ਬੈਂਸ ਅਤੇ ਸੁਖਪਾਲ ਖਹਿਰਾ ਉੱਤੇ ਤਿੱਖੇ ਨਿਸ਼ਾਨੇ ਲਗਾਉਂਦੇ ਆਖਿਆ ਕਿ ਬੈਂਸ ਅਕਾਲ ਤਖ਼ਤ ਜਾਣ ਤੋਂ ਪਹਿਲਾਂ ਆਪਣਾ ਸਮਾਂ ਯਾਦ ਕਰ ਲੈਣ, ਜਦੋਂ ਉਹਨਾਂ ਮੇਰੀ ਦਸਤਾਰ ਉਤਾਰੀ ਸੀ। ਇਸ ਦੌਰਾਨ ਉਹਨਾਂ ਅਕਾਲ ਤਖ਼ਤ ਸਾਹਿਬ ਤੋਂ ਸਿਮਰਨਜੀਤ ਸਿੰਘ ਬੈਂਸ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਮੈਂ ਇੱਥੇ ਯਾਦ ਕਰਾਉਣਾ ਚਾਹੁੰਦਾ ਕਿ ਇਸੇ ਸਿਮਰਜੀਤ ਸਿੰਘ ਬੈਂਸ ਨੇ 19 ਜੂਨ 2009 ਨੂੰ ਇੱਕ ਬੜੇ ਯੋਜਨਾਬੱਧ ਤਰੀਕੇ ਨਾਲ ਮੇਰੀ ਮਾਰਕੁੱਟ ਕਰਕੇ ਮੇਰੀ ਪੱਗ ਲੈ ਗਏ ਸੀ, ਜਦੋਂ ਕਿ ਜੋ ਪੱਗ ਅਸੈਂਬਲੀ 'ਚ ਲੱਥੀ ਹੈ ਜਾਂ ਗ੍ਰੈਂਡ ਵਾਕ 'ਤੇ ਸੀ ਉਹ ਇੱਕ ਕਾਰਵਾਈ ਸੀ ਜੋ ਕਿ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਜ਼ਰੂਰੀ ਸੀ, ਜਦੋਂ ਕਿ ਮੇਰੇ ਉੱਤੇ ਜੋ ਹਮਲਾ ਸੀ ਉਹ ਮੈਨੂੰ ਮਾਰਨ ਲਈ ਅਤੇ ਜਾਣ ਬੁੱਝ ਕੇ ਮੈਨੂੰ ਜਲੀਲ ਕਰਨ ਲਈ ਸੀ। ਮੈਂ ਤਾਂ ਸਿਰਫ ਇਹ ਕਹਿਣਾ ਚਾਹੁੰਦਾ ਹਾਂ ਕਿ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਪਹਿਲਾਂ ਕਾਰਵਾਈ ਕੀਤੀ ਜਾਵੇ ਜੋ ਕਿ ਮੇਰੀ ਪੱਗ ਲੈ ਗਏ ਸੀ, ਹੁਣ ਚਾਰਜਸ ਵੀ ਫਰੇਮ ਹੋ ਗਏ, ਇਹ ਗੱਲ ਪ੍ਰੂਵ ਹੋ ਗਈ। ਦੂਸਰੀ ਗੱਲ, ਜਦੋਂ ਮੇਰੇ 'ਤੇ ਹਮਲਾ ਹੋਇਆ ਸੀ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਉਸ ਵੇਲੇ ਖੁੱਲ੍ਹ ਕੇ ਸਿਮਰਜੀਤ ਸਿੰਘ ਬੈਂਸ ਦੇ ਖਿਲਾਫ ਆ ਗਏ ਸੀ, ਪਰ ਅੱਜ ਮੈਨੂੰ ਨਹੀਂ ਪਤਾ ਉਹਨਾਂ ਦੀ ਕੀ ਮਜਬੂਰੀ ਹੈ ਕਿ ਉਹ ਸਿਮਰਜੀਤ ਸਿੰਘ ਬੈਂਸ ਦੀ ਹਿਮਾਇਤ ਕਰ ਰਹੇ ਹਨ।